ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਮੈਂ ਪਹਿਲਾਂ ਵੀ ਜਿਹੜਾ ਤੁਹਾਨੂੰ ਬਿਆਨ ਦਿੱਤਾ ਸੀ ਉਹ ਤੇ ਮੈਂ ਹੁਣ ਵੀ ਕਾਇਮ ਹੈ। ਪਾਰਟੀ ਦਾ ਬੜਾ ਸਪਸ਼ਟ ਸਟੈਂਡ ਹੈ, ਸਰਕਾਰ ਦਾ ਵੀ ਇਹ ਸਟੈਂਡ ਹੈ ਕਿ ਅਸੀਂ ਹਰ ਕੋਸ਼ਿਸ਼ ਕਰ ਰਹੇ ਹਾਂ ਕਿ ਮੰਦਰ ਜਿੱਥੋਂ ਢਾਇਆ ਗਿਆ ਉਸੇ ਥਾਂ ਤੇ ਬਣੇ। ਸੰਤ ਸਮਾਜ ਨੂੰ ਬੜੇ ਤਰ੍ਹਾਂ ਉਹ ਸੰਤੁਸ਼ਟੀ ਹੈ, ਜੇ ਕੋਈ ਭੁਲੇਖਾ ਹੈ ਅਸੀਂ ਉਹਨਾਂ ਦਾ ਦੂਰ ਕਰਨ ਨੂੰ ਤਿਆਰ ਹਾਂ। ਪਰ ਜਿਹੜੇ ਲੀਡਰ ਹੈ ਉਹਨਾਂ ਨੂੰ ਸਿਵਾਏ ਲੀਡਰ ਚਮਕਾਉਣ ਤੋਂ ਲੋਕਾਂ ਦੇ ਨਕਾਰੇ ਹੋਏ ਨੇਤਾ ਨਹੀਂ ਪਤਾ, ਉਹਨਾਂ ਨੂੰ ਵੀ ਪਤਾ ਹੈ ਕਿ ਢੰਗ ਹੋਣਾ ਕਿਵੇਂ ਹੋਣਾ ਹੈ, ਉਹਨਾਂ ਨੂੰ ਇਹ ਵੀ ਪਤਾ ਹੈ ਕਿ ਟਾਈਮ ਲੱਗਣਾ, ਉਹਨਾਂ ਨੂੰ ਇਹ ਵੀ ਪਤਾ ਕਿ ਟਾਈਮ ਪੂਰਨ ਨਹੀਂ ਹੋ ਸਕਦਾ। ਮੈਂ ਸੁਪਰੀਮ ਕੋਰਟ ਦੇ ਕਾਲ ਇੱਕ ਜਿਹੜਾ ਮੰਤਰੀ ਹੁਣ ਚੁੱਪ ਕਰ ਗਿਆ ਸਿੱਧੂ, ਉਹ ਇੱਥੇ ਕਹਿੰਦਾ ਜੀ ਮੈਂ ਪੱਗ ਦਾ ਲੜ ਸਮਝ ਕੇ ਬਾਪ ਦੀ ਸਹੁੰ ਖਾ ਕੇ ਹੈਂਜੀ ਤੁਹਾਨੂੰ ਪੱਗ ਦਾ ਲੜ ਸਮਝ ਕੇ ਬੜੀਆਂ ਗੱਲਾਂ ਕਰਦੇ, ਮੈਂ ਉਦੋਂ ਵੀ ਕਿਹਾ ਜੀ ਇਹ ਡਰਾਮਾ ਕਰਦਾ ਝੂਠ ਬੋਲਦਾ, ਕੋਈ ਪੈਸਾ ਨਹੀਂ ਆਉਣਾ। ਬਿਲਕੁਲ ਸੱਚ ਹੋਇਆ, ਕੋਈ ਪੈਸਾ ਨਹੀਂ ਆਇਆ, ਸਵਾਈ ਗੱਪਾਂ ਮਾਰ ਕੇ ਝੂਠ ਬੋਲ ਚੱਲੇ। ਆਹ ਜਿਹੜੇ ਪਿੱਛੇ ਕੱਢ ਕੇ ਦੰਦੀਆਂ ਕੱਢਦੇ ਸੀ, ਹੱਥ ਤਾੜੀਆਂ ਮਾਰਦੇ ਸੀ, ਉਹ ਹੁਣ ਕਿਉਂ ਨਹੀਂ ਆ ਗਿਆ ਸੀ? ਉਹ ਹਾਈ ਕੋਰਟ ਵਿੱਚ ਵੀ ਅਸੀਂ ਕੇਸ ਕੀਤਾ ਹੋਇਆ, ਉੱਥੇ ਕੋਈ ਜਵਾਬ ਨਹੀਂ, ਹੁਣ ਤਾਂ ਹਾਈ ਕੋਰਟ ਜਵਾਬ ਨਹੀਂ ਦੇ ਸਕਿਆ ਤਾਂ ਕਿਵੇਂ ਬਣਾਈ ਸੀ। ਜਿਹੜਾ ਗਲਤ ਕੰਮ ਕਰਨਾ ਔਰ ਇਲੀਗਲ ਕੰਮ ਕਰਨਾ ਉਹਦਾ ਜਵਾਬ ਤਾਂ ਦੇਣਾ ਪੈਂਦਾ। ਵਾੜਾ ਦੇ ਵਿੱਚ ਬੜੀ ਜਲਦ ਜ਼ਿਮਨੀ ਚੋਣ ਆ ਰਹੀ ਆ, ਬੜੇ ਵੱਡੇ ਪੱਧਰ 'ਤੇ ਭਾਜਪਾ ਵੱਲੋਂ ਇੱਕ ਚਿਹਰਾ ਸਾਹਮਣੇ ਆ ਰਿਹਾ ਕਿ ਅਨੀਤਾ ਸੋਮ ਪ੍ਰਕਾਸ਼ ਇੱਥੋਂ ਭਾਜਪਾ ਵੱਲੋਂ MLA ਇਲੈਕਸ਼ਨ ਲੜਨ ਜਾ ਰਿਹਾ, ਕੀ ਇਹ ਸੱਚ ਹੈ? ਦੇਖੋ ਸਾਡੀ ਪਾਰਟੀ ਦਾ ਇੱਕ ਸਿਸਟਮ ਹੈ, ਇਹ ਸਭ ਕਿਆ ਸਰਾਈਆਂ ਹੈ, ਪਾਰਟੀ ਨੇ ਦੇਖਣਾ ਹੁੰਦਾ, ਸਾਡੇ ਪਾਰਲੀਮੈਂਟਰੀ ਬੋਰਡ ਇਹਦਾ ਫੈਸਲਾ ਕਰਦਾ ਹੈ ਕਿਹਨੂੰ ਸੀਟ ਦੇਣੀ ਹੈ, ਕਿਹਨੇ ਲੜਨੀ ਹੈ, ਇਹ ਉਹਨਾਂ ਨੇ ਫੈਸਲਾ ਕਰਨਾ ਹੈ। ਜਿਹਨੂੰ ਵੀ ਉਹ ਟਿਕਟ ਦੇਣਗੇ ਅਸੀਂ, ਕਿਉਂਕਿ ਕਾਂਗਰਸੀ ਵੀ ਆਪਣੇ ਪੱਟਾਂ ਦੇ ਹੱਥ ਮਾਰ ਕੇ ਕਹਿ ਰਹੇ ਆ ਕਿ ਜ਼ਿਮਨੀ ਚੋਣ ਦੇ ਵਿੱਚ ਤਾਂ ਕਿਸੇ ਗੁੱਡੇ ਨੂੰ ਵੀ ਖੜਾ ਕਰ ਦਿਉ, ਜਿੱਤ ਹਾਸਲ ਕਰ ਲੈਂਦੀ ਆ, ਅਤੇ ਇਸ ਵਕਤ ਇਹੋ ਜਿਹਾ ਮਾਹੌਲ ਆ। ਇਹ ਪੱਟਾਂ 'ਤੇ ਹੱਥ ਮਾਰਦੇ ਆ, ਕਿਤੇ ਸਿਰ 'ਤੇ ਮੱਥੇ 'ਤੇ ਨਾ ਹੱਥ ਮਾਰੋ, ਮੁੱਖ ਮੰਤਰੀ ਦਾ ਸੰਸੀਅਰਲੀ ਕਰਨਾ ਵੀ ਚਾਹੁੰਦੇ ਆ, ਅੱਗੇ ਮੰਤਰੀ ਵਗੈਰਾ ਨਹੀਂ ਕਰਦੇ ਹੁਣ ਕਿਆ ਕਰੀ, ਸੋਪ ਗਾਜ ਦੀ ਕੋਠੀ ਘੇਰ ਲਓ, ਉਹਦੇ ਧਰਨੇ ਮਾਰ ਦਿਓ, ਪੁਤਲਾ ਬਣਾ ਲਿਓ, ਪੁਤਲਾ ਸਾੜ ਦਿਓ, ਜਾਂ ਕਾਲਜ ਵਾਲਿਆਂ ਨੂੰ ਡਰਾ ਦਿਓ ਜਾ ਕੇ। ਹੁਣ ਤਾਂ ਇਹ ਤਰੀਕਾ ਇਹ ਲੱਭ ਲਿਆ, ਕਾਲਜ ਵਾਲਿਆਂ ਨੂੰ ਡਰਾਓ, ਜੇ ਕੋਈ ਸੇਵਾ ਕਰ ਦਿੰਦਾ ਤਾਂ ਠੀਕ ਹੈ, ਨਹੀਂ ਤਾਂ ਮੈਂ ਉਹਨਾਂ ਲੀਡਰਾਂ ਨੂੰ ਵੀ ਬੇਨਤੀ ਕਰੂੰਗਾ ਜਿਹੜੇ ਕਰਦੇ ਨੇ ਡਰਾਮਾ ਘਰ ਘੇਰਨ ਦਾ, ਦੂਜੇ ਸਾਨੂੰ ਸਮਾਂ ਦੱਸੋ ਜੀ ਕਦੋਂ ਤੱਕ ਕਰੋਗੇ, ਉਹ ਆਪਣੇ ਅੰਦਰ ਝਾਤੀ ਮਾਰਨ, ਕਿੰਨੇ ਕੁ ਸਾਫ਼ ਸੁਥਰੇ ਕਿਹਾ ਹੈ, ਲੋਕਾਂ ਦੇ ਨਕਾਰੇ ਹੋਏ ਛੱਡੇ ਹੋਏ ਬੰਦੇ ਨੇ, ਉਹ ਆਪਣੀ ਜਗ੍ਹਾ ਤਲਾਸ਼ ਨਹੀਂ ਕਰਦੇ ਨੇ, ਪਰ ਲੋਕਾਂ 'ਚ ਜਿਹੜੀ ਸਥਾਨ ਹੈ ਨਾ ਤਾਂ ਨਾਰਿਆਂ ਨਾ ਵੱਜਦਾ, ਇਹਨਾਂ ਨਫ਼ਰਤ ਹੁੰਦੀ ਮੇਰਾ ਦਿਲ ਤੱਕ ਬਹੁਤ ਕੁਛ ਕਰਦਾ, ਮੈਂ ਇਹਨੂੰ ਕਿਤੇ ਪਰਦੇ ਖੋਲ੍ਹਾਂ, ਕਿਤੇ ਲੋੜ ਪਈ ਕਰਾਂਗੇ, ਪਰ ਜਿੰਨਾ ਹੀ ਘਟੀਆ ਕਮੀਨੇ ਕੰਮ ਇਹ ਕਰਦੇ ਨੇ ਇਲੈਕਸ਼ਨਾਂ ਵਿੱਚ, ਕਿਸ ਹੱਦ ਤੱਕ ਘਟੀਆ ਲੈਵਲ ਤੱਕ ਜਾਂਦੇ ਨੇ ਮੈਨੂੰ ਪਤਾ, ਮੈਂ ਤਾਂ ਇਹਦਾ ਮੈਨੂੰ ਪਤਾ ਹੈ ਕਿ ਕਿਆ ਕੰਮ ਕਰਦੇ ਪਏ, ਐਵੇਂ ਲੋਕਾਂ 'ਚ ਬਕਵਾਸ ਕਰਦੇ ਫਿਰ, ਅਸੀਂ ਆਹ ਕਰਨਾ ਕੀ ਕਰਨਾ ਹੈ, ਕਿਉਂ ਹੂ ਆਰ ਦੇ, ਉਹਨਾਂ ਦੇ ਕਾਹਦੇ ਅਸੀਂ ਰਿਸਪੋਂਸੀਬਲ ਨੇ, ਇਹ ਸਾਡਾ ਕੌਣ ਜੁਆਇਨ ਮੰਗਣ ਵਾਲੇ ਨੇ, ਕਿਉਂ ਇਹਨਾਂ ਨੂੰ ਜਵਾਬ ਦੇਈਏ, ਕਿਉਂ ਦੱਸੀਏ ਕਿ ਕਦੋਂ ਦਿਨ ਮਿਲਦੇ ਜਾਏ, ਇਹਨਾਂ ਦੇ ਕਹੇ 'ਤੇ ਕੁਛ ਨਹੀਂ ਕਰਨਾ ਹੈ, ਜਿੰਨੇ ਇੱਕ ਧਰਨਾ ਮਾਰਨ 4 ਮਾਰਨੇ 10 ਮਾਰ ਧਰਨੇ ਮਾਰਨ, ਇਹਦਾ ਕੋਈ ਮਤਲਬ ਨਹੀਂ ਹੈ। ਅਸੀਂ ਪਿਛਲੇ ਕਈ ਦਿਨਾਂ ਤੋਂ ਭਾਰਤ ਦੇ ਵਿੱਚ ਦਿੱਲੀ ਤੁਗਲਕਾਬਾਦ ਮੰਦਰ ਨੂੰ ਲੈ ਕੇ ਵਿਵਾਦ ਛਿੜਿਆ ਹੋਇਆ ਹੈ, ਜੋ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਮੰਦਰ ਢਾਇਆ ਗਿਆ। ਰਵਿਦਾਸੀਆ ਕੌਮ ਦਾ ਜਿਹੜਾ ਕਿ ਬਹੁਤ ਦਰਦ ਨਾਲ ਉਹਨਾਂ ਦਾ ਦਿਨ ਭਿੱਜਿਆ ਅਤੇ ਪੂਰੇ ਭਾਰਤ ਦੇ ਨਾਲ ਨਾਲ ਪੂਰੇ ਵਰਲਡ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ। ਉਸ ਸੰਬੰਧ ਵਿੱਚ ਅੱਜ ਜਿਹੜਾ ਕਿ ਕੈਬਨਿਟ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਵੀ ਘਿਰਾਓ ਕੀਤਾ ਗਿਆ ਬਹੁਜਨ ਫਰੰਟ ਪੰਜਾਬ ਵੱਲੋਂ, ਕੁਝ ਦਿਨ ਪਹਿਲਾਂ ਫਗਵਾੜਾ ਤੋਂ ਜਿਹੜੇ ਹੁਸ਼ਿਆਰਪੁਰ ਤੋਂ ਹਲਕੇ ਦੇ MP ਆ ਸੋਮ ਪ੍ਰਕਾਸ਼ ਜੀ, ਉਹਨਾਂ ਦੇ ਘਰ ਦਾ ਵੀ ਘਿਰਾਓ ਕੀਤਾ ਗਿਆ। ਪਰ ਸਰਕਾਰਾਂ ਵਿੱਚ ਦੋਨੇ ਹੀ ਕੈਬਨਿਟ ਮੰਤਰੀਆਂ ਦਾ ਇਹੀ ਕਿਹਾ ਆ ਵੀ ਅਸੀਂ ਪੂਰਾ ਜ਼ੋਰ ਲਾ ਰਹੇ ਹਾਂ ਅਤੇ ਗੁਰੂ ਰਵਿਦਾਸ ਮਹਾਰਾਜ ਦਾ ਮੰਦਰ ਜਲਦ ਬਣਾਵਾਂਗੇ, ਪਰ ਜਿਹੜੇ ਬਹੁਜਨ ਫਰੰਟ ਪੰਜਾਬ ਵਾਲੇ ਆ ਉਹਨਾਂ ਨੂੰ ਮੰਨਣਾ ਕਿ ਸਾਨੂੰ ਲਾਰੇ ਲਾ ਰਹੇ ਆ। ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਹਲਕਾ ਹੁਸ਼ਿਆਰਪੁਰ ਤੋਂ ਮੈਂਬਰ ਪਾਰਲੀਮੈਂਟ ਅਤੇ ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਜੀ, ਇਹਨਾਂ ਨੂੰ ਪੁੱਛਾਂਗੇ ਕਿੱਥੇ ਤੱਕ ਜਿਹੜਾ ਕੰਮ ਪਹੁੰਚਿਆ ਆ, ਉਹ ਹੁਣ ਫਿਰ ਦੁਬਾਰਾ 4-5 ਦਿਨ ਦਿੱਲੀ ਲਾ ਕੇ ਆਇਆ ਅਤੇ ਕਿਹਨਾਂ ਲੀਡਰ ਸਾਹਿਬਾਨ ਨੂੰ ਮਿਲਿਆ ਅਤੇ ਕਿੱਥੇ ਪਹੁੰਚਾ। ਸਰ ਜਿਹੜਾ ਤੁਗਲਕਾਬਾਦ ਮੰਦਰ ਦਾ ਕਾਫੀ ਮੁੱਦਾ ਭਖ ਰਿਹਾ ਆ, ਇਸ ਵਾਰ ਤੁਸੀਂ ਦਿੱਲੀ ਵੀ ਜਾ ਕੇ ਆਏ ਹੋ, ਅਸੀਂ ਤੁਹਾਡੀਆਂ ਫੋਟੋਆਂ ਦੇਖੀਆਂ ਸੋਸ਼ਲ ਮੀਡੀਆ, ਤੁਸੀਂ ਮੰਤਰੀ ਸਾਹਿਬਾਨਾਂ ਨੂੰ ਮਿਲ ਰਹੇ ਹੋ, ਇਹ ਕਿੱਥੇ ਇੱਕ ਮੁੱਦਾ ਪਹੁੰਚਾ? ਦੇਖੋ ਇਹਦੇ ਬਾਰੇ ਮੈਂ ਪਹਿਲਾਂ ਵੀ ਜਿਹੜਾ ਤੁਹਾਨੂੰ ਬਿਆਨ ਦਿੱਤਾ ਸੀ ਉਹ 'ਤੇ ਮੈਂ ਹੁਣ ਵੀ ਕਾਇਮ ਹੈ। ਪਾਰਟੀ ਦਾ ਬੜਾ ਸਪਸ਼ਟ ਸਟੈਂਡ ਹੈ, ਸਰਕਾਰ ਦਾ ਵੀ ਇਹ ਸਟੈਂਡ ਹੈ ਕਿ ਅਸੀਂ ਹਰ ਕੋਸ਼ਿਸ਼ ਕਰ ਰਹੇ ਹਾਂ ਕਿ ਮੰਦਰ ਜਿੱਥੋਂ ਢਾਇਆ ਗਿਆ ਉਸੇ ਥਾਂ 'ਤੇ ਬਣੇ, ਉੱਤੇ ਤਲਾਬ ਬਣੇ, ਉਸੇ ਤਰ੍ਹਾਂ ਜਿਹੜੇ ਚਾਰ ਸਮਾਧਾਂ ਸੀ ਉੱਥੇ ਬਣਨ, ਇਹਦੇ ਲਈ ਪਾਰਟੀ ਵਚਨਬੱਧ ਹੈ ਔਰ ਇਹਦੇ ਲਈ ਜਿਹੜੀਆਂ ਕਾਨੂੰਨੀ ਅੜਚਨਾਂ ਨੂੰ ਦੂਰ ਕੀਤਾ ਜਾਏਗਾ। ਮੈਂ ਪਹਿਲੇ ਦਿਨ ਵੀ ਇਹ ਕਿਹਾ ਸੀ ਪਰ ਕਈ ਲੋਕ
फिर भी मुजाहरे कर रहे ने उन्हां दा बहुता गुरु रविदास महाराज की बहुती गल कट करते वो अपनी बीटरी चमकाउण की ज़्यादा गल करते हैं। कई आके पुछते तुसीं दसो जी कदों आके किस तरीक नूं बणाओगे सानूं डेट दसो वो डेट टू डेट कल देखियो कौन आ हु आर दे उन्होंने को आपां जवाब दे दिया नहीं असी जन असी जवाब दे हैं संतां नूं संत समाज नूं उन्होंने मेरी स्पष्ट तौर पर गल रखी हुई है उन्होंने मैं कहा जी जो कानूनी अड़चन दूर करके जल्दी असी बनावांगे। संत समाज के बयान तो यही आ रहा है उन्होंने कह के सोम प्रकाश जी कैनेडा के मंत्री आ सरकार के बैठे असं उन्होंने गलबात कर रहे हैं तो सानू पूरी आस आ कि वह बड़ी जल्द मंदिर बनाएंगे पर फिर भी यह रोस धरने क्यों जारी आ। संत समाज में बड़े तरह वो संतुष्टि है जो कोई भुलेखा है असं दूर करने तैयार हैं पर जोड़े लीडर है उन्होंने सिवाए लीडर चमकाने तो लोगों के नकारे हुए नेता ने कि बार लोगों गए ने लोग तरह आस बड़ी कर लैके चलते ने वैसे ऐतकी जित जाना ऐतकी जित जाना इन करतूतों करके लोगों ने उन्होंने हराया हर बार कदे जनरल समाज के उठ बकवास कर देते हैं कदे आस में लड़ाई की गल करते हैं ये लोग इस सियासत को पसंद नहीं करते जदों सरकार कहती असी करना है इन्हों सू दसो कि तरीक में दसोंगे ये कोई तरीका है सुप्रीम कोर्ट का हुक्म है सुप्रीम कोर्ट की आग्ञा के बगैर नहीं हो सकता है सुप्रीम कोर्ट जाना पेगा उत्थे जाके उन्होंने यस करानी पेगी ये सरकार का कोई सिस्टम है वो रह के काम होना है ये जिहड़े लीडर चमकाउंदे फिरदे ने लोग लीडर वो सवाए निराशा उन्होंने झलकती है वो चाहे गुरु रविदास के मां ना ते या किसी होर ना ते सियासत करते ने होकी सियासत उन्होंने भी पता है उन्होंने भी पता है कि ढंग होना किवें होना है उन्होंने ये भी पता है कि टाइम लगना उन्होंने ये भी पता है टाइम बोर्ड नहीं हो सकता मैं सुप्रीम कोर्ट के उपर थोड़ा कोई भी नहीं है सरकार भी नहीं है सर सब तो बड़ी जी देश की सुप्रीम कोर्ट है वह हुक्म तो हर एक मनना पैंदा सो मेरी तो यही बाबिया संतान मैं मिलकर आया उन्होंने वो तो बड़े खुश से पर फिर भी जो लोगों बरकरा के ये लोगों का भला नहीं करते। इस तो अलावा जे आपां तुहाडे राजनीतिक करियर जाइए तो तुहानूं फगवाड़ा दे विच लोगों वालों कहा गया कि सोम प्रकाश विकास के मसीहा जदों श्रोमणी अकाली दल भाजपा की सरकार सी उस तो बाद फिर तुसीं दुबारा MLA बने पर पंजाब विच कांग्रेस सरकार आउण दे नाल कम्मां दे विच थोड़ी जिही रोक लग गई हुण तुसीं दुबारा लोगों ने तुहाडे ते विश्वास किया तुहानूं MP बनाता फिर सरकार ने तुहाडे ते भरोसा करके तुहानूं मंत्री बनाता 3 महीने तुहानूं मंत्री बनने नूं हो गए तुसीं पूरा जोर ला रहे हो अपने कैबिनेट विच पूरा टाइम दे रहे हो हुण तक जेकर तुहानूं पुछिए भी हुशियारपुर के लोगों लिए तुसीं की किया किहड़ियां ग्रांट्स लैके आए की विकास के काम किए। देखो ये विकास एक प्रक्रिया है जिहनूं करन लई काफ़ी मेहनत करनी पैंदी है काफ़ी बैकग्राउंड च काम करना पैंदा है से एक तो बहुत ही लोग रेलवे की कनैक्टिविटी की गल करते हैं मैं रेल मंत्री ने गल की सी वो बहुत जल्दी मुकेरिया तो तलवाड़ा जोड़ा कनैक्शन है वह टेंडर लाने लगे ने 400 करोड़ रुपया लगना उत्ते ये सिविल वर्कस का सो बहुत वीडी प्राप्ति अपने आप से है वो तो बाद मैं मुख्यमंत्री चिट्ठी लिखी है 26 तरीक न तलवाड़े तो अगे दौलतपुर जोड़ा दूजे च है हिमाचल प्रदेश वह जमीन अक्वायर करनी उन्होंने पहला भी अभी लिखा हुआ फिर मैं रिमाइंड कराया तुम जमीन अक्वायर करके दौ ता कि असी अगे यदा लिंक जरा मुकेरिया का तलवाड़ा तो अगे दौलतपुर ऊना तक हो जाए सारा हिमाचल लिंक हो जाए सो ये बहुत वीड्डी प्राप्ति उस इलाके रही है जिन्होंने बहुत वीडी वीडी जित प्राप्त करके दी है मेरा फर्ज बनता मैं उन्होंने पहल के आधार पर काम करा एक तो जो रेलवे लाइन बन जानी उत्ते असं बड़ा जोर ला रहे हैं तो दूसरा जो पगवाड़े की गल करिए पगवाड़े के बहुत लोगों की मंग सी कि जी चंडीगढ़ ट्रेन डेढ़ी जाती है उत्तर रुकती नहीं है सवेरे जाने लगे रुकती नहीं है लोगों का बहुत अच्छी ट्रेन है ये तो सवेरे जाके शाम को वापस आ सकता सो वो सरकार ने मंजूरी देती 2 तरीक को ट्रेन जी इतने रुकेगी और 2 तरीक को असं शाम यदा उद्घाटन कर रहे हैं ये ही एक प्रवासी जोड़े लोग और दूजा की भी मंग सी जी गरीब रात इतों जाता निकल जाती ट्रेन वह भी ठहराव पगवाड़े च नहीं सी वह भी 2 तरीक तो इतने ठहराव होएगा मैं जिन्ना क लोगों की आस करते ने उते पूरा उतरन का हर यत्न कर रहा पहली बार होना कि 2 ट्रेन एको दिन च रुकिया हो किसी ने अज तक रुकाइया सो अभी कोशिश करते हैं ये नाल ही असी मोटे तौर पर जी एग्री रेलवे मिनिस्ट्री ने किया है कि जो पगवाड़े का रेलवे स्टेशन है यू अपग्रेड करना है
ਇਹਦੀ ਕਾਇਆ ਕਲਪ ਕਰਨੀ ਹੈ। 4-5 ਕਰੋੜ ਰੁਪਏ ਲਾ ਕੇ ਇਹਨੂੰ ਬਹੁਤ ਵਧੀਆ ਬਣਾਉਣਾ ਹੈ। ਰੈਸਟ ਹਾਊਸ ਜਿਹੜਾ ਉੱਥੇ ਬੈਠਣ ਲਈ ਕਮਰੇ, ਲੋਕਾਂ ਦੀ ਐਂਟਰੀ ਐਗਜ਼ਿਟ ਦਾ, ਪੂਰੇ ਜ਼ੋਰ ਬਣਾਉਣ ਦਾ, ਕਵਰ ਸ਼ੈੱਡ ਬਣਾਉਣ ਦਾ, ਔਰ ਇਹਦਾ ਇੱਕ ਨਕਸ਼ਾ ਜਿਹਾ ਬਣ ਰਿਹਾ ਹੈ। 5-6 ਕਰੋੜ ਰੁਪਏ ਲਾ ਕੇ ਇਹਨੂੰ ਬਹੁਤ ਵਧੀਆ ਕੀਤਾ ਜਾਏਗਾ। ਮੰਤਰੀ ਸਾਹਿਬ, ਅਸੀਂ ਫਗਵਾੜੇ ਦੇ ਵਾਰਡਾਂ ਦਾ ਸਰਵੇ ਕਰ ਰਹੇ ਹਾਂ, ਜਾ ਰਹੇ ਹਾਂ, ਕਿਉਂਕਿ ਫਗਵਾੜਾ ਦੇ ਵਿੱਚ ਭਾਜਪਾ ਦਾ ਮੇਅਰ ਆ ਅਤੇ ਜਿਹੜੇ ਹਲਕਾ ਇੰਚਾਰਜ ਕਾਂਗਰਸ ਤੋਂ ਜੋਗਿੰਦਰ ਸਿੰਘ ਮਾਨ ਹੈ, ਕਾਫੀ ਇਹਨਾਂ ਦਾ ਦੁਫਾੜ ਜਿਹਾ ਚੱਲ ਰਿਹਾ, ਪਰ ਇਹਦੇ ਵਿੱਚ ਲੋਕ ਪਿਸ ਰਹੇ ਆ, ਉਹਨਾਂ ਦੇ ਵਿਕਾਸ ਦੇ ਕੰਮ ਰੁਕੇ ਆ, ਉਹਨਾਂ ਦੇ ਲੋਕਾਂ ਦੇ ਭਲੇ ਲਈ ਤੁਸੀਂ ਵਿੱਚ ਹੋ ਕੇ ਕੀ ਕਰ ਸਕਦੇ ਹੋ ਜਿਹੜੇ ਕਿ ਹਰੇਕ ਦੇ ਵਾਰਡ ਦੀ ਜਿਹੜੀ ਸਮੱਸਿਆ ਉਹਨੂੰ ਨਜਿੱਠਿਆ ਜਾਵੇ? ਦੇਖੋ, ਵਿਕਾਸ ਜਿਹੜੇ ਸੀ, ਜਦ ਤੱਕ ਸਾਡੇ ਕੋਲ ਸਾਡੀ ਸਰਕਾਰ ਸੀ ਅਕਾਲੀ ਭਾਜਪਾ ਦੀ, ਇੰਨਾ ਪੈਸਾ ਕਦੇ 50 ਸਾਲਾਂ 'ਚ ਨਹੀਂ ਆਇਆ ਜਿੰਨਾ ਮੈਂ ਇੱਥੇ ਲਿਆਉਂਦਾ ਸੀ। ਉਹ ਤੋਂ ਬਾਅਦ ਜਿਹੜੇ ਪੈਸੇ ਇੱਥੇ ਆਏ ਸੀ ਇਹਨਾਂ ਨੇ ਵਾਪਸ ਮੰਗਾ ਲਏ। ਇੱਕ ਜਿਹੜਾ ਮੰਤਰੀ ਹੁਣ ਚੁੱਪ ਕਰ ਗਿਆ ਸਿੱਧੂ, ਉਹ ਇੱਥੇ ਕਹਿੰਦਾ ਜੀ ਮੈਂ ਪੱਗ ਦਾ ਲੜ ਸਮਝ ਕੇ, ਬਾਪ ਦੀ ਸਹੁੰ ਖਾ ਕੇ, ਹੈ ਜੀ ਤੁਹਾਨੂੰ ਪੱਗ ਦਾ ਲੜ ਸਮਝ ਕੇ ਬੜੀਆਂ ਗੱਲਾਂ ਕਰਦੇ। ਮੈਂ ਉਦੋਂ ਵੀ ਕਿਹਾ ਜੀ ਇਹ ਡਰਾਮਾ ਕਰਦਾ, ਝੂਠ ਬੋਲਦਾ, ਕੋਈ ਪੈਸਾ ਨਹੀਂ ਆਉਣਾ। ਬਿਲਕੁਲ ਸੱਚ ਹੋਇਆ, ਕੋਈ ਪੈਸਾ ਨਹੀਂ ਆਇਆ, ਸਾਰੇ ਗੱਪਾਂ ਮਾਰ ਕੇ ਝੂਠ ਬੋਲ ਦਿੱਤੀਆਂ। ਆ ਜਿਹੜੇ ਪਿੱਛੇ ਕੱਢ ਕੇ ਦੰਦੀਆਂ ਕੱਢਦੇ ਸੀ, ਹੱਥ ਤੌੜੀਆਂ ਮਾਰਦੇ ਸੀ, ਉਹ ਹੁਣ ਕਿਉਂ ਨਹੀਂ ਬੋਲਦੇ? ਦੇਖੋ, ਵਿਕਾਸ ਲਈ ਤਾਂ ਮਿਹਨਤ ਕਰਨੀ ਪੈਂਦੀ ਹੈ, ਪੈਸੇ ਆਉਣੇ ਪੈਂਦੇ ਆ। ਜੋ ਕਾਂਗਰਸ ਦੀ ਸਰਕਾਰ ਦਾ ਜਦ ਤੋਂ ਬਣੀ ਹੈ, ਇਕੱਲੇ ਫਗਵਾੜੇ ਦੀ ਗੱਲ ਨਹੀਂ ਹੈ, ਸਾਰੇ ਪੰਜਾਬ ਵਿੱਚ ਸਾਰੇ ਲੋਕ ਕਹਿੰਦੇ ਨੇ ਵਿਕਾਸ ਬਿਲਕੁਲ ਰੁਕਿਆ ਹੋਇਆ, ਰੁਕਿਆ ਗਿਆ। ਜਿੱਥੇ ਜਿਹੜੇ ਕੰਮ ਸੀ ਬੁਰੀ ਤਰ੍ਹਾਂ, ਉਹਦਾ ਜਿਹੜਾ ਨਾ ਅੱਗੇ ਡਿਵੈਲਪਮੈਂਟ ਹੋਈ ਹੈ, ਡਿਵੈਲਪਮੈਂਟ ਦਾ ਕੰਮ ਹੋਰ ਪਿੱਛੇ ਪੈ ਗਏ ਨੇ। ਸੋ ਫਗਵਾੜੇ ਦੀ ਵੀ ਇਹੀ ਹਾਲਤ ਹੈ, ਜੇ ਜਿਹੜਾ ਕਾਰਪੋਰੇਸ਼ਨ ਨੂੰ ਚੱਲਣ ਨਹੀਂ ਦਿੰਦੇ, ਵਿੱਚ ਇੰਟਰਫੀਅਰੈਂਸ ਕਰਦੇ ਆ। ਪਹਿਲਾਂ ਇੱਥੇ 4 ਮੈਂਬਰੀ ਕਮੇਟੀ ਬਣਾ ਗਿਆ ਸੀ, ਉਹ ਹਾਈ ਕੋਰਟ ਵਿੱਚ ਵੀ ਅਸੀਂ ਕੇਸ ਕੀਤਾ ਹੋਇਆ, ਉੱਥੇ ਕੋਈ ਜਵਾਬ ਨਹੀਂ ਹੁੰਦਾ, ਹਾਈ ਕੋਰਟ ਜਵਾਬ ਨਹੀਂ ਦੇ ਸਕਿਆ ਤਾਂ ਕਿਵੇਂ ਬਣਾਈ ਸੀ। ਜਿਹੜਾ ਗਲਤ ਕੰਮ ਕਰਨਾ ਔਰ ਇਲੀਗਲ ਕੰਮ ਕਰਨਾ, ਉਹਦਾ ਜਵਾਬ ਤਾਂ ਦੇਣਾ ਪੈਂਦਾ। ਮਾਨ ਸਾਹਿਬ, ਪੂਰੇ ਪੰਜਾਬ ਦੇ ਵਿੱਚ ਹਨੇਰੀ ਚੱਲੀ ਆ, ਕਾਂਗਰਸ ਦੀ ਹਨੇਰੀ ਸੀਗੀ, ਕਿਉਂਕਿ ਜੇਕਰ ਭਾਰਤ ਦੀ ਗੱਲ ਕਰੀਏ ਤਾਂ ਮੋਦੀ ਵੇਵ ਸੀ, ਪਰ ਪੰਜਾਬ 'ਚ ਕੈਪਟਨ ਦਾ ਕਾਫੀ ਲੋਹਾ ਮੰਨਿਆ ਗਿਆ। ਪਰ ਤੁਹਾਡੇ ਕੰਮਾਂ ਕਰਕੇ ਜਾਂ ਲੋਕਾਂ ਨਾਲ ਪਿਆਰ ਕਰਨ, ਲੋਕਾਂ ਨੇ ਤੁਹਾਨੂੰ ਸਰਕਾਰ ਹੋਣ ਦੇ ਬਾਵਜੂਦ ਵੀ ਜਿਤਾ ਕੇ ਭੇਜ ਦਿੱਤਾ, ਅਤੇ ਉਹ ਅੱਜ ਵੀ ਆਸ ਕਰਦੇ ਆ ਕਿ ਜਿਹੜੇ ਸਾਨੂੰ 4 ਸਾਲ ਪਹਿਲਾਂ ਜਦੋਂ ਤੁਸੀਂ ਮੌਜੂਦਾ MLA ਸਰਕਾਰ ਦੇ ਵਿੱਚ ਸੀਗੇ, ਉਹ ਸੋਮ ਪ੍ਰਕਾਸ਼ ਦੀ ਭਾਲ ਕਰ ਰਹੇ ਆ, ਹੁਣ ਤੁਸੀਂ MP ਹੋ, ਕੀ ਆਸ ਰੱਖਣ ਤੁਹਾਡੇ ਤੋਂ? ਅਸੀਂ ਤਾਂ ਦੱਸਿਆ ਵੀ 400 ਕਰੋੜ ਰੁਪਏ ਦਾ ਉੱਤੇ ਕੰਮ ਸ਼ੁਰੂ ਕਰਨ ਲੱਗੇ ਹਾਂ, ਮੁਕੇਰੀਆਂ ਤਲਵਾੜਾ ਦਾ, ਇੱਥੇ ਗੱਡੀਆਂ ਰੋਕ ਦਿੱਤੀਆਂ, ਇੱਥੇ ਅਸੀਂ 2-3 ਅੰਡਰਬ੍ਰਿਜ ਵੀ ਅਸੀਂ ਸ਼ੁਰੂ ਕਰਨ ਲੱਗੇ ਹਾਂ। ਮੋਹਾਲੀ ਦਾ ਹੈ, ਉਹ ਅਸੀਂ ਮਨਜ਼ੂਰ ਕਰਤਾ ਸਾਡੀ ਰੇਲਵੇ ਮਿਨਿਸਟਰੀ ਨੇ, ਉਹਦੇ ਵਿੱਚ ਇਹ ਸਕੀਮ ਦੇ ਅੱਧੇ ਪੈਸੇ ਪੰਜਾਬ ਸਰਕਾਰ ਪਾਏ, ਸਰਕਾਰ ਪਾਏਗੀ, ਅੱਧੇ ਪੈਸੇ ਸੈਂਟਰ ਨੇ ਪਾਉਣੇ ਆ। ਉਹਨਾਂ ਨੇ ਸੈਂਟਰ ਨੂੰ, ਇਹਨਾਂ ਨੂੰ ਲਿਖਿਆ ਹੈ ਪੰਜਾਬ ਸਰਕਾਰ ਨੂੰ ਵੀ ਤੁਸੀਂ ਇਹਦੀ ਮਨਜ਼ੂਰੀ ਕਰੋ, ਆਪਣੇ ਹਿੱਸਾ ਪਾਓ, ਅਸੀਂ ਪੁਲ ਬਣਾਉਣ ਨੂੰ ਤਿਆਰ ਹਾਂ। 3 ਪੁਲ ਹੈ, ਪੀਪਾ ਰੰਗੀ ਦਾ, ਇੱਕ ਇੱਥੇ ਦਾ, ਇੱਕ ਇਹਦਾ ਨੰਗਲ ਵਾਲਾ ਪੁਲ ਹੈ, ਤਿੰਨੇ ਸ਼ਹਿਰ ਦਾ ਵਿਕਾਸ ਹੋਏਗਾ। ਸੋ ਅਸੀਂ ਤਾਂ ਹਰ ਯਤਨ ਕਰਦੇ ਹਾਂ, ਔਰ ਇੱਕ ਹੋਰ ਟ੍ਰੇਨ ਵੀ ਉਹਦੀ ਮੇਰੀ ਕੋਸ਼ਿਸ਼ ਕਰ ਰਿਹਾ, ਜਿਹੜੀ ਹੁਸ਼ਿਆਰਪੁਰ ਤੋਂ ਆਉਂਦੀ ਹੈ ਉਹਨੂੰ ਆਗਰੇ ਤੱਕ ਐਕਸਟੈਂਡ ਕਰਨ ਦਾ ਵੀ ਲੋਕਾਂ ਦੀ ਬੜੀ ਮੰਗ ਹੈ, ਉਹ ਹਾਲੇ ਤੱਕ ਨਹੀਂ ਹੋ ਸਕੀ, ਉਹਦੀ ਵੀ ਕਰਾਉਣ ਦਾ ਮੈਂ ਯਤਨ ਕਰ ਰਿਹਾ। ਅਤੇ ਜਿੰਨੇ ਵੀ ਕੰਮ ਹੋ ਸਕਦੇ ਆ ਸਾਰੇ ਕਰਾਉਣੇ ਆ, ਔਰ ਬਾਕੀ ਜਿਹੜੀ ਗੱਲ ਹੈ, ਇੱਕ ਬੜੀ ਵੱਡੀ ਲੋਕਾਂ ਦੀ ਮੰਗ ਹੈ ਕਿ ਤੇਰੇ ਮੈਡੀਕਲ ਕਾਲਜ ਬਣੇ ਜਾਂ ਦੂਜਾ ਬਣੇ, ਵੱਡਾ ਸੈਂਟਰ ਬਣੇ ਹੈਲਥ ਦਾ, ਉਹਦੇ ਲਈ ਯਤਨਸ਼ੀਲਤਾ ਹੈ। ਕਾਮਯਾਬੀ ਕਿੰਨੀ ਕਿਸੇ ਦੇ 'ਚ ਹੁੰਦੀ ਹੈ ਉਹਦੀ ਉਹ ਬਹੁਤ ਸਮਾਂ ਦੱਸੇਗਾ, ਮੇਰੇ ਧਿਆਨ 'ਚ ਹੈ ਔਰ ਇਹਨੂੰ ਮੈਂ ਕਰਾਉਣ ਦਾ ਹਰ ਯਤਨ ਕਰਾਂਗਾ। ਫਗਵਾੜਾ ਦੇ ਵਿੱਚ ਬੜੀ ਜਲਦ ਜਿਮਨੀ ਚੋਣ ਆ ਰਹੀ ਆ, ਬੜੇ ਵੱਡੇ ਪੱਧਰ 'ਤੇ ਭਾਜਪਾ ਵੱਲੋਂ ਇੱਕ ਚਿਹਰਾ ਸਾਹਮਣੇ ਆ ਰਿਹਾ ਕਿ ਅਨੀਤਾ ਸੋਮ ਪ੍ਰਕਾਸ਼ ਇੱਥੋਂ ਭਾਜਪਾ ਵੱਲੋਂ MLA ਇਲੈਕਸ਼ਨ ਲੜਨ ਜਾ ਰਹੇ ਆ, ਕੀ ਇਹ ਸੱਚ ਹੈ? ਦੇਖੋ, ਸਾਡੀ ਪਾਰਟੀ ਦਾ ਇੱਕ ਸਿਸਟਮ ਹੈ, ਇਹ ਸਭ ਕਿਆ ਸਰਾਈਆਂ ਹੈ, ਪਾਰਟੀ ਨੇ ਦੇਖਣਾ ਹੁੰਦਾ, ਸਾਡੇ ਪਾਰਲੀਮੈਂਟਰੀ ਬੋਰਡ ਇਹਦਾ ਫੈਸਲਾ ਕਰਦਾ ਹੈ, ਕਿਹਨੂੰ ਸੀਟ ਦੇਣੀ ਹੈ, ਕਿਹਨੇ ਲੜਨੀ ਹੈ, ਇਹ ਉਹਨਾਂ ਨੇ ਫੈਸਲਾ ਕਰਨਾ ਹੈ। ਜਿਹਨੂੰ ਵੀ ਉਹ ਟਿਕਟ ਦੇਣਗੇ ਅਸੀਂ ਉਹਨੂੰ ਜਿਤਾਉਣਾ, ਹਰ ਪੂਰਾ ਜ਼ੋਰ ਲਾ ਕੇ ਜਿਤਾਉਣਾ, ਔਰ ਕਾਂਗਰਸ ਨੇ ਆਪਣਾ ਜ਼ੋਰ ਲਾਉਣਾ, ਅਸੀਂ ਆਪਣਾ ਜ਼ੋਰ ਲਾਉਣਾ। ਤੁਹਾਨੂੰ ਕੀ ਲੱਗਦਾ, ਕਿਉਂਕਿ ਬੜੇ ਘੱਟ ਹਫ਼ਤੇ ਰਹਿ ਗਏ ਆ ਇਲੈਕਸ਼ਨ ਦੇ ਵਿੱਚ, ਕੋਈ ਚਰਚਾ ਹੋ ਰਹੀ ਹੈ ਕਿਸੇ ਨੇ ਨਾਂ 'ਤੇ ਅਜੇ ਕਿ ਨਹੀਂ ਅਜੇ? ਦੇਖੋ, ਪਾਰਟੀ ਨੇ ਮੌਕੇ ਜਦੋਂ ਲੋੜ ਵੇਲੇ ਸਿਰ ਫੈਸਲਾ ਕਰਨਾ, ਤਾਂ ਕੋਈ ਟਿਕਟ ਹਰ ਦਾ ਅਨਾਊਂਸ ਵੀ ਨਹੀਂ ਹੋਈ, ਚੋਣ ਬਾਰੇ ਕੋਈ ਅਨਾਊਂਸਮੈਂਟ ਤਾਂ ਹੋਈ ਨਹੀਂ ਹੈ, ਅੰਦਾਜ਼ਾ ਹੀ ਹੈ ਨਾ ਜਦੋਂ ਹੋਜੇਗੀ। ਸੋ ਸਮੇਂ ਸਿਰ 'ਤੇ ਫੈਸਲਾ ਕੀਤਾ ਜਾਏਗਾ ਔਰ ਠੀਕ ਫੈਸਲਾ ਹੋਏਗਾ, ਅਸੀਂ ਤਾਂ ਇਲੈਕਸ਼ਨ ਜਿੱਤਣ ਲਈ ਲੜਨੀ ਹੈ। ਤੁਹਾਨੂੰ ਲੱਗਦਾ ਵੀ ਜਿੱਦਾਂ ਪੰਜਾਬ ਦੇ ਵਿੱਚ ਸਰਕਾਰ ਹੈ, ਕਿਉਂਕਿ ਕਾਂਗਰਸੀ ਵੀ ਆਪਣੇ ਪੱਟਾਂ ਦੇ ਹੱਥ ਮਾਰ ਕੇ ਕਹਿ ਰਹੇ ਆ ਕਿ ਜਿਮਨੀ ਚੋਣ ਆ, ਜਿਮਨੀ ਚੋਣ ਦੇ ਵਿੱਚ ਤਾਂ ਕਿਸੇ ਗੁੱਡੇ ਨੂੰ ਵੀ ਖੜਾ ਕਰ ਦਿਓ, ਜਿੱਤ ਹਾਸਲ ਕਰ ਲੈਂਦੀ ਆ, ਅਤੇ ਇਸ ਵਕਤ ਇਹੋ ਜਿਹਾ ਮਾਹੌਲ ਆ? ਇਹ ਪੱਟਾਂ 'ਤੇ ਹੱਥ ਮਾਰਦੇ ਆ, ਕਿਤੇ ਸਿਰ 'ਤੇ ਮੱਥੇ 'ਤੇ ਨਾ ਸਿਰ ਹੱਥ ਮਾਰਨੇ ਪੈਣ ਇਹਨਾਂ ਨੂੰ,
ਇਹਦੀ ਗੱਲ ਹੁੰਦੀ ਹੈ। ਮੈਂ ਜਿਹੜਾ ਹੰਕਾਰ ਕੇ ਗੱਲ ਕਰਦਾ ਉਹ ਕੋਈ ਬਹੁਤ ਲਾਭ ਨਹੀਂ ਹੈ। ਅਸੀਂ ਤਾਂ ਲੋਕਾਂ ਦੀ ਸੇਵਾ ਕਰਦੇ ਹਾਂ, ਲੋਕਾਂ ਦੇ ਵਿੱਚ ਰਹਿੰਦੇ ਹਾਂ, ਇਸ ਕਰਕੇ ਲੋਕ ਹੀ ਜਿਤਾਉਂਦੇ ਆ ਕਿ ਇਹਦੇ ਹੱਥ ਛਾਤੀ ਦੇ ਹੱਥ ਮਾਰ ਕੇ ਵੱਟਾਂ ਦੇ ਹੱਥ ਮਾਰ ਕੇ ਜਿੱਤ ਸਕਦਾ, ਜਿਹਨੂੰ ਲੋਕ ਹੀ ਆਸ਼ੀਰਵਾਦ ਦੇਣ ਉਹ ਜਿੱਤਦਾ। ਤੁਸੀਂ ਫਗਵਾੜੇ ਸ਼ਹਿਰ ਦੇ ਲਈ ਕਾਫੀ ਵਿਕਾਸ ਕਾਰਜ ਕਰਾ ਤੇ, ਜੇਕਰ ਆਪਾਂ ਹਲਕਾ ਫਗਵਾੜੇ ਦੇ ਪਿੰਡਾਂ ਵੱਲ ਜਾਈਏ, ਕਿਉਂਕਿ ਪਿੰਡਾਂ ਵਿੱਚ ਵੀ ਲੋਕਾਂ ਨੇ ਕਾਫੀ ਸ਼ਹਿਰ ਵਸਾਏ, ਤੁਹਾਡੇ ਲਈ ਬੜੀ ਮਿਹਨਤ ਕੀਤੀ, ਪਿੰਡਾਂ ਦੇ ਲਈ ਕੀ ਲੈ ਕੇ ਆ ਰਹੇ ਹੋ ਕੋਈ ਖਾਸ ਪੈਕੇਜ? ਅਤੇ ਉਹ ਪਿੰਡਾਂ ਦੇ ਪੈਕੇਜ ਦਾ ਜਿਹੜਾ ਸਰ ਮੇਰੇ ਕੋਲ 5 ਕਰੋੜ ਰੁਪਇਆ ਆਉਂਦਾ ਸਾਲ ਦਾ, ਉਹ ਮੇਰਾ ਕੁਛ ਦਿਨਾਂ 'ਚ ਆ ਜਾਣਾ, ਉਹ ਅਸਾਂ ਸਾਰਿਆਂ ਨੂੰ ਵੰਡਣਾ ਹੀ ਆ। ਬਾਕੀ ਜਿਹੜੀ ਪ੍ਰਧਾਨ ਮੰਤਰੀ ਸੜਕ ਯੋਜਨਾ ਹੈ ਉਹਦੇ ਵਿੱਚ ਜਿਹੜੀਆਂ 2-3 ਸੜਕਾਂ ਪਾਉਣ ਵਾਲੀਆਂ ਉਹ ਅਸੀਂ ਪਾ ਕੇ ਸੜਕਾਂ ਨੂੰ ਬਹੁਤ ਵਧੀਆ ਕਰਨਾ, ਜਿਹੜੀ ਆਮ ਲੋਕਾਂ ਦੀ ਮੰਗ ਹੈ 2 ਸੜਕਾਂ ਕਿ ਇੱਥੋਂ ਜਗਤਪੁਰ ਛੱਡਣ ਜਾਂਦੀ ਹੈ ਮੋਹਾਲੀ ਤੋਂ ਅੱਗੇ ਤੱਕ ਉਹ ਸੜਕ, ਇੱਕ ਇੱਧਰੋਂ ਜਿਹੜੀ ਬਾਅਦ ਪਿੰਡ ਵਾਲੀ ਹੈਗੀ ਹੈ ਕਰਵਾੜਾ ਵਗੈਰਾ 'ਤੇ ਜਾ ਕੇ ਅੱਗੇ ਹੁਸ਼ਿਆਰਪੁਰ ਦੀ ਰੋਡ ਨੂੰ ਲੱਗਦੀ ਹੈ, ਇਹ ਦੋਨਾਂ ਨੂੰ ਪ੍ਰਧਾਨ ਮੰਤਰੀ ਯੋਜਨਾ 'ਚ ਪਾਉਣ ਦੀ ਕੋਸ਼ਿਸ਼ ਯਤਨ ਕਰ ਰਹੇ ਹਾਂ ਔਰ ਪਾਵਾਂਗੇ। ਮਨ ਸਾਹਿਬ, ਜਦੋਂ ਮੋਦੀ ਦੀ ਸਰਕਾਰ ਦੀ ਇਲੈਕਸ਼ਨ ਤੋਂ ਪਹਿਲਾਂ ਬੜੇ ਵੱਡੇ ਉਹ ਵਾਅਦੇ ਕਰ ਰਹੇ ਸੀ ਕਿ ਮੈਂ ਹੈਲਥ ਨੂੰ ਲੈ ਕੇ ਬਹੁਤ ਪਹਿਲ ਦੇਵਾਂਗਾ, ਲੋਕਾਂ ਨੂੰ ਪੜ੍ਹਾਈ ਦੇ ਲਈ ਪਹਿਲ ਦੇਵਾਂਗਾ, ਕੋਈ ਇਹੋ ਜਿਹੀਆਂ ਹੋਰ ਸਕੀਮਾਂ ਚਲਾਈਆਂ ਲੋਕਾਂ ਦੇ ਲਈ? ਜਿਵੇਂ ਇੱਕ ਤਾਂ ਪ੍ਰਧਾਨ ਮੰਤਰੀ ਜਿਹੜੀ ਸਿਹਤ ਯੋਜਨਾ ਹੈ ਇਹ 'ਚ 5 ਲੱਖ ਤੱਕ ਦੀ ਇਲਾਜ ਫਰੀ ਕੀਤਾ ਜਾਂਦਾ, ਉਹ ਸਕੀਮ ਸਾਰੇ ਇੰਡੀਆ ਸ਼ੁਰੂ ਹੋਈ ਹੈ, ਪੰਜਾਬ ਸਰਕਾਰ ਉਹ ਸਕੀਮ ਨੇ ਸ਼ੁਰੂ ਨਹੀਂ ਕਰ ਰਹੀ ਸੀ, ਹੁਣ ਮੈਨੂੰ ਲੱਗਿਆ ਅੱਜ ਸਤੰਬਰ ਤੋਂ ਸ਼ੁਰੂ ਕਰਨ ਲੱਗੇ ਨੇ। ਪਰ ਇਹਦੇ ਵਿੱਚ ਥੋੜ੍ਹਾ ਜਿਹਾ ਕਲੀਅਰ ਕਰੋ, ਕਰਕੇ ਕਾਂਗਰਸ ਦੇ ਲੀਡਰ ਕਹਿ ਰਹੇ ਆ ਕਿ ਇਹ ਕੈਪਟਨ ਦੀ ਸਕੀਮ ਆ ਅਤੇ ਤੁਸੀਂ ਕਹਿ ਰਹੇ ਹੋ ਕਿ ਇਹ ਸੈਂਟਰ ਦੀ ਸਕੀਮ ਹੈ, ਇਹਦੇ ਵਿੱਚ ਉਹਨਾਂ ਨੂੰ ਕਹਿੰਦੇ ਆਪਣੇ ਦਿਲ 'ਤੇ ਹੱਥ ਰੱਖ ਕੇ ਦੱਸਣ ਦਾ, ਇਹਦੇ ਵਿੱਚ ਸੈਂਟਰ ਦੀ ਸਕੀਮ ਹੈ, ਇਹਦਾ ਨਾਂ ਇਹਨਾਂ ਨੇ ਤਾਂ ਬਦਲ ਲਿਆ, ਨਾਂ ਬਦਲਿਆ ਬਸ ਹੋਰ ਕੁਛ ਨਹੀਂ ਹੈ, ਸੈਂਟਰ ਦੀ ਸਕੀਮ ਹੈ, ਉਹਦੇ ਵਿੱਚ 5 ਲੱਖ ਰੁਪਏ ਤੱਕ ਦਾ ਜਿਹੜਾ ਲੋਕਾਂ ਨੂੰ ਫਾਇਦਾ ਹੋਣਾ, ਇਲਾਜ ਫਰੀ ਕਰਨ ਦਾ ਰਾਜ ਸਾਰੇ ਇੰਡੀਆ ਦੀ ਸਕੀਮ ਹੈ। ਇੱਥੇ ਇਹਨਾਂ ਨੇ ਨਾਂ ਚੇਂਜ ਕਰ ਲਿਆ ਕਿਉਂਕਿ ਪ੍ਰਧਾਨ ਮੰਤਰੀ ਦੇ ਨਾਂ ਤੋਂ ਤਕਲੀਫ ਹੁੰਦੀ ਹੈ, ਕਸ਼ਟ ਮੰਨਦੇ ਨੇ, ਇਹ ਜਿਹੜੀ ਯੋਜਨਾ ਹੈ ਔਰ ਜਿਹੜਾ ਇਲਾਜ ਸ਼ੁਰੂ ਹੋਣਾ ਪ੍ਰਧਾਨ ਮੰਤਰੀ ਦੀ ਜਿਹੜੀ ਯੋਜਨਾ ਦੇ ਉਹਦੇ ਥੱਲੇ ਹੀ ਲੋਕਾਂ ਨੂੰ ਫਾਇਦਾ ਹੋਣਾ ਔਰ ਸਾਰੇ ਪੈਸੇ ਸੈਂਟਰ ਨੇ ਭੇਜਣਾ, ਨੰਬਰ 1। ਨੰਬਰ 2 ਜਿਹੜੀਆਂ ਸਕੀਮ ਹੈਗੀ ਇਹਦੇ ਨਾਲ ਹੀ ਇੰਡਸਟਰੀ ਦੀ ਗੱਲ ਕਰਦੇ ਹਾਂ ਆਪਾਂ, ਇੰਡਸਟਰੀ ਦਾ ਪੰਜਾਬ 'ਚ ਕਾਫੀ ਸਕੋਪ ਹੈ, ਅਸੀਂ ਇੱਕ ਇੰਡਸਟਰੀਅਲ ਪਾਲਿਸੀ ਦੁਆਰਾ ਤੋਂ ਬਣਾ ਰਹੇ ਹਾਂ, ਉਹਦੇ ਵਿੱਚ ਕਾਫੀ ਇਨਸੈਂਟਿਵ ਦੇਣ ਦੀ ਕੋਸ਼ਿਸ਼ ਕਰਾਂਗੇ। ਉਹਦੇ ਨਾਲ ਹੀ ਇੱਕ ਬੜਾ ਵੱਡਾ ਜਿਹੜਾ ਪ੍ਰੋਜੈਕਟ ਅਸੀਂ ਪੰਜਾਬ 'ਚ ਲਾਉਣ ਲੱਗੇ ਹਾਂ, ਇਹ ਜਿਹੜਾ ਕਲਕੱਤਾ ਅੰਮ੍ਰਿਤਸਰ ਜਿਹੜਾ ਕੋਰੀਡੋਰ ਬਣ ਰਿਹਾ ਇੰਡਸਟਰੀਅਲ ਕੋਰੀਡੋਰ, ਉਹਦੇ ਨਾਲ ਸਾਰੇ ਦੇਸ਼ ਵਿੱਚ ਕੁਝ ਸ਼ਹਿਰਾਂ ਦੇ ਵਿੱਚ ਵੱਡੇ ਇੰਡਸਟਰੀ ਦੇ ਪ੍ਰੋਜੈਕਟ ਲਾਉਣੇ ਆ। ਇਹਦੇ ਉੱਤੇ ਰਾਜਪੁਰਾ ਅਸੀਂ ਸਿਲੈਕਟ ਕੀਤਾ, ਰਾਜਪੁਰਾ ਟਾਊਨ ਕੀਤਾ, ਉੱਥੇ 1,000 ਏਕੜ ਜ਼ਮੀਨ ਲੈਣੀ ਆ, ਇਹ ਪੰਜਾਬ ਸਰਕਾਰ ਨੇ ਉਹ ਜ਼ਮੀਨ ਦੇਣੀ ਆ, ਉਹਨੂੰ ਡਿਵੈਲਪ ਇਹਨਾਂ ਨੇ ਸੈਂਟਰ ਨੇ ਕਰਨਾ ਉਸ ਕੋਰੀਡੋਰ 'ਤੇ ਔਰ ਉਹਨੂੰ ਡਿਵੈਲਪ ਕਰਕੇ ਲੋਕਾਂ ਨੂੰ ਪਲਾਟ ਵੰਡਣੇ ਆ ਔਰ ਦੇਣੇ ਆ। ਉਹ ਵੀ ਇਹਨਾਂ ਨੇ ਪਹਿਲਾਂ ਕਿਹਾ ਸੀ ਸਾਡੀਆਂ ਪੰਚਾਇਤਾਂ ਦੀਆਂ ਚੋਣਾਂ ਆਉਣ ਵਾਲੀਆਂ, ਉਦੋਂ ਬਾਅਦ ਕਰਾਂਗੇ। ਹੁਣ ਵੀ ਮੈਂ ਚਿੱਠੀ ਲਿਖ ਕੇ ਆਇਆ ਮੁੱਖ ਮੰਤਰੀ ਨੂੰ, 26 ਤਰੀਕ ਨੂੰ ਚਿੱਠੀ ਲਿਖੀ ਹੈ ਕਿ ਤੁਸੀਂ ਜਿਹੜੇ 1,000 ਏਕੜ ਹੈ ਉਹ ਰਾਜਪੁਰੇ ਤੁਹਾਡੇ ਕੋਲ ਪਈ ਜ਼ਮੀਨ, ਉਹ ਕਦੋਂ ਦਿਓਗੇ ਤਾਂ ਕਿ ਅਸੀਂ ਕੰਮ ਸ਼ੁਰੂ ਕਰ ਸਕੀਏ। ਇੰਡਸਟਰੀ ਦੀ ਗੱਲ ਤਾਂ ਕਰਦੇ ਹਾਂ ਪਰ ਉਹਨੂੰ ਅਮਲੀ ਜਾਮਾ ਨਹੀਂ ਪੁੱਛਾਂਗੇ। ਪੰਜਾਬ ਸਰਕਾਰ ਨੂੰ ਅਸੀਂ ਵਾਰ ਵਾਰ ਲਿਖਦੇ ਹਾਂ, ਜਦੋਂ ਕਦੋਂ ਰਿਸਪੋਂਡ ਕਰਨਗੇ, ਜੇ ਉਹ ਜ਼ਮੀਨ ਦੇਣਗੇ ਤਾਂ ਹੀ ਇੰਡਸਟਰੀ ਕੋਲ ਲੱਗੇਗੀ। ਜਿਹੜੇ ਤੁਹਾਡੇ ਵਿਰੋਧੀ ਧਿਰ ਆ ਉਹ ਖਾਸ ਤੌਰ 'ਤੇ ਤੁਹਾਡੇ 'ਤੇ ਰੂਪ ਲਾ ਰਹੇ ਆ ਕਿ ਦਲਿਤ ਸਮਾਜ ਤੋਂ ਦਲਿਤਾਂ ਦੀਆਂ ਵੋਟਾਂ ਲੈ ਕੇ ਸੋਮ ਪ੍ਰਕਾਸ਼ ਮੰਤਰੀ ਬਣੇ ਆ, ਪਰ ਜਿਹੜੇ ਦਲਿਤਾਂ ਦੇ ਬੱਚੇ ਪੜ੍ਹ ਰਹੇ ਆ ਸਕੋਲਰਸ਼ਿਪ ਸਕੀਮ ਦੇ ਵਿੱਚ ਉਹ ਕੁਝ ਨਹੀਂ ਕਰ ਰਹੇ, ਅਤੇ ਜਿਹੜੇ ਬੱਚੇ ਆ ਉਹ ਇਹਨਾਂ ਸਕੀਮਾਂ ਤੋਂ ਵਾਂਝੇ ਆ, ਤੁਸੀਂ ਉਹਨਾਂ 'ਤੇ ਕੋਈ ਕੰਮ ਕਰ ਰਹੇ ਹੋ ਸਕੋਲਰਸ਼ਿਪ ਸਕੀਮ 'ਤੇ? ਸਕੋਲਰਸ਼ਿਪ ਸਕੀਮ ਮੈਂ ਵਾਰ ਵਾਰ ਡਿਸਕਸ ਕੀਤੀ ਹੈ, ਉਹਨਾਂ ਦੇ ਮੰਤਰਾਲੇ 'ਚ ਜਾ ਕੇ ਵੱਡੇ ਮੰਤਰੀ ਜੀ ਗਹਿਲੋਤ ਸਾਹਿਬ ਉਹਨਾਂ ਨਾਲ ਡਿਸਕਸ ਕੀਤੀ ਹੈ। ਪੰਜਾਬ ਸਰਕਾਰ ਦੀ ਪ੍ਰੋਬਲਮ ਇਹ ਹੈ ਕਿ ਇਹਨਾਂ ਨੇ ਇੱਕ ਵਾਰੀ ਸੈਂਟਰ ਨੂੰ ਲਿਖ ਦਿੱਤਾ ਵੀ ਇਸ ਸਕੀਮ 'ਚ ਬੜਾ ਵੱਡਾ ਘਪਲਾ ਹੋਇਆ, ਅਸੀਂ ਇਹਦਾ ਆਡਿਟ ਕਰ ਰਹੇ ਹਾਂ, ਆਡਿਟ ਕਰਕੇ ਤੁਹਾਨੂੰ ਦੱਸਾਂਗੇ। ਸੈਂਟਰ ਨੇ ਕਿਹਾ ਵੀ ਸਾਨੂੰ ਜਿਹੜੇ ਪਿਛਲੇ ਪੈਸੇ ਜਿਹੜੇ ਤੁਹਾਨੂੰ ਦਿੱਤੇ ਨੇ ਉਹਦਾ ਸਾਨੂੰ ਯੂਟੀਲਾਈਜੇਸ਼ਨ ਸਰਟੀਫਿਕੇਟ ਦੇ ਦਿਓ ਔਰ ਸਾਨੂੰ ਜਿਹੜਾ ਆਡਿਟ ਕੀਤਾ ਉਹਦੀ ਰਿਪੋਰਟ ਭੇਜ ਦਿਓ। ਨਾ ਤਾਂ ਇਹ ਯੂਟੀਲਾਈਜੇਸ਼ਨ ਭੇਜਦੇ ਆ, ਨਾ ਇਹਦਾ ਆਡਿਟ ਰਿਪੋਰਟ ਭੇਜਦੇ ਆ। 451 ਕਰੋੜ ਰੁਪਈਆ ਉਹਨਾਂ ਕੋਲ ਤਿਆਰ ਪਿਆ, ਜਿੱਦਣ ਇਹ ਰਿਪੋਰਟ ਭੇਜ ਦੇਣਗੇ ਉਸ ਦਿਨ ਉੱਤੋਂ ਪੈਸਾ ਆ ਜਾਏਗਾ। ਪੰਜਾਬ ਇਸ ਤਰ੍ਹਾਂ ਹੀ ਕਈ ਵਾਰ ਸਰਕਾਰਾਂ ਪੈਸੇ ਨੂੰ ਕਨਵਰਟ ਕਰਕੇ ਹੋਰ ਜਗ੍ਹਾ 'ਤੇ ਭੇਜ ਦਿੰਦੇ, ਕਿਤੇ ਸਾਡਾ ਉੱਥੇ ਮਨਿਸਟਰੀ ਕੋਲ ਪੈਸਾ ਪਿਆ ਇਹ ਭੇਜਦੇ ਨਹੀਂ ਹੈ,
ਅੱਗੇ ਵੀ ਪੈਸਾ ਜਿਹੜਾ ਆਇਆ ਸੀ ਕਿਹੜਾ ਕਿਹੜਾ ਦਿੱਤਾ ਸੀ ਇਹਨਾਂ ਨੇ, ਹੋਰ ਪਾਸੇ ਖਰਚ ਕਰਦੇ ਆ। ਤੁਸੀਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲੇ ਸੀ, ਤੁਹਾਡੀ ਬੈਠਕ ਹੋਈ ਆ, ਤੁਸੀਂ ਉਹਦੇ ਵਿੱਚ ਕੋਈ ਇਹ ਗੱਲ ਦੀ ਸਾਂਝ ਪਾਈ ਸੀ ਵੀ ਤੁਹਾਡਾ ਅਸੀਂ ਕੰਮ ਕਰਾਉਂਦੇ ਹਾਂ ਵਿੱਚੋਂ ਕਿ ਤੁਸੀਂ ਲਿਖ ਕੇ ਦੇ ਦਿਓ ਸਾਨੂੰ? ਨਹੀਂ ਨਹੀਂ ਉਹ ਤਾਂ ਗੱਲਾਂ ਤਾਂ ਸਾਰੀਆਂ ਕਰਦੇ ਹਾਂ, ਉਹ ਮੁੱਖ ਮੰਤਰੀ ਦਾ ਸਿੰਸੀਅਰਲੀ ਕਰਨਾ ਵੀ ਚਾਹੁੰਦੇ ਆ, ਅੱਗੇ ਮੰਤਰੀ ਵਗੈਰਾ ਨਹੀਂ ਕਰਦੇ, ਹੁਣ ਕਿਆ ਕਰੀਏ। ਦੋ ਵਾਰੀ ਪਾਰਲੀਮੈਂਟ 'ਚ ਕੁਐਸਚਨ ਉੱਠਿਆ, ਪੰਜਾਬ ਸਰਕਾਰ ਨੇ ਇਹੀ ਲਿਖ ਕੇ ਭੇਜਿਆ ਵੀ ਤਾਂ ਅਸੀਂ ਆਡਿਟ ਰਿਪੋਰਟ ਕਰਾਈ ਆ, ਜਲਦੀ ਇਹਦਾ ਜਵਾਬ ਦੇ ਰਹੇ। ਉਹ ਹੱਦ ਤੱਕ ਜੋ ਸੈਂਟਰ ਭੇਜਿਆ ਨਹੀਂ ਉਹਦਾ ਜਵਾਬ ਨਹੀਂ ਦਿੰਦੇ, ਜਿੰਨਾ ਚਿਰ ਦਿੰਦੇ ਨਹੀਂ ਹੈ ਸੈਂਟਰ ਦੇ ਨਾਲ ਪੈਸੇ ਦੀ ਗੱਲ ਤਾਂ ਪੈਸੇ ਨਾਲ ਮੁੜ ਕੇ ਸੀ ਆਡਿਟ 'ਚ ਨਿਕਲਿਆ ਹੁੰਦਾ, ਸੀ ਆਈ ਜੀ ਦੇ ਆਡਿਟ 'ਚ ਪੈਸੇ ਕੋਲ। ਜਦ ਤੱਕ ਇਹ ਉਹਦਾ ਯੂਟੀਲਾਈਜੇਸ਼ਨ ਨਹੀਂ ਦਿੰਦੇ, ਜਦ ਤੱਕ ਆਡਿਟ ਰਿਪੋਰਟ ਨਹੀਂ ਭੇਜਦੇ, 451 ਕਰੋੜ ਰੁਪਇਆ ਬਿਨਾਂ ਮਤਲਬ ਤੋਂ ਰੁਕਿਆ ਪਿਆ। ਪੰਜਾਬ ਸਰਕਾਰ ਥੋੜ੍ਹੀ ਹਿੰਮਤ ਕਰੇ। ਤੁਹਾਨੂੰ ਕੀ ਲੱਗਦਾ ਕਾਰਨ ਕੀ ਹੈ? ਕਿਉਂਕਿ ਸਰਕਾਰ ਪੈਸੇ ਦੇਣ ਨੂੰ ਤਿਆਰ ਆ, ਪੰਜਾਬ ਸਰਕਾਰ ਨੂੰ ਪੈਸੇ ਮਿਲਣੇ ਆ, ਫਿਰ ਇਹ ਬੱਚਿਆਂ ਦੇ ਖਾਤੇ ਤੱਕ ਜਾਣੇ ਆ, ਇਹ ਕਿਉਂ ਨਹੀਂ ਇਹ ਇੰਨੀ ਜਲਦੀ ਨਾ ਕਰ ਰਹੇ? ਇਹ ਸੋਸਾਇਟੀ ਦੀ ਲੈਕ ਹੈ, ਲੈਕ ਆਫ ਸੋਸਾਇਟੀ ਹੈ। ਕੰਮ ਕਰ ਨਾ ਕਰਨ ਦਾ ਇਰਾਦਾ ਨਹੀਂ ਹੈ, ਕੰਮ ਕਰਦੇ ਨਹੀਂ ਹੈ, ਨਾ ਇਹਨਾਂ ਦੀ ਕੋਈ ਪਹਿਲ ਹੈ। ਸਰਕਾਰ ਜਿਹੜੀ ਗਰੀਬ ਜਨਤਾ ਅਤੇ ਐਵੇਂ ਧਰਨੇ ਮਾਰਨ ਲੋਕ ਆ ਜਾਂਦੇ ਆ, ਉਹਨਾਂ ਨੂੰ ਇਹ ਪਤਾ ਨਹੀਂ ਰੁਕਿਆ ਕਿੱਥੇ ਪਿਆ ਕੰਮ, ਉੱਥੇ ਜਾ ਕੇ ਤਾਂ ਕਹਿੰਦੇ ਕਰਦੇ ਨਹੀਂ ਗੱਲ। ਸੋਮ ਪ੍ਰਕਾਸ਼ ਦੀ ਕੋਠੀ ਘੇਰ ਲਓ, ਉਹਦੇ ਧਰਨੇ ਮਾਰ ਦਿਓ, ਪੁੱਤਰਾ ਬਣਾ ਲਿਓ, ਪੁੱਤਰਾ ਸਾੜ ਦਿਓ, ਜਾਂ ਕਾਲਜ ਵਾਲਿਆਂ ਨੂੰ ਡਰਾ ਦਿਓ ਜਾ ਕੇ। ਹੁਣ ਤਾਂ ਇਹ ਤਰੀਕਾ ਇਹ ਲੱਭ ਲਿਆ, ਕਾਲਜ ਵਾਲਿਆਂ ਨੂੰ ਡਰਾਓ, ਜੇ ਕੋਈ ਸੇਵਾ ਕਰ ਦਿੰਦਾ ਤਾਂ ਠੀਕ ਹੈ, ਨਹੀਂ ਤਾਂ ਨਾਰੇ ਮਾਰੋ। ਇਸ ਤਰ੍ਹਾਂ ਦੀ ਵੀ ਜਿਹੜੀ ਗੰਦੀ ਰਾਜਨੀਤੀ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਪਰ ਮੈਂ ਉਹਨਾਂ ਲੀਡਰਾਂ ਨੂੰ ਵੀ ਬੇਨਤੀ ਕਰੂੰਗਾ ਜਿਹੜੇ ਇਹ ਜਿਹਾ ਕਰਦੇ ਨੇ ਡਰਾਮਾ, ਘਰ ਘੇਰਨ ਦਾ, ਦੂਜੇ ਸਾਨੂੰ ਸਮਾਂ ਦੱਸੋ ਜੀ ਕਦੋਂ ਤੱਕ ਕਰੋਗੇ, ਉਹ ਆਪਣੇ ਅੰਦਰ ਝਾਤੀ ਮਾਰਨ, ਕਿੰਨੇ ਕੁ ਸਾਫ਼ ਸੁਥਰੇ ਆ ਉਹ ਲੋਕ। ਮੈਥੋਂ ਰਿਜ਼ਾਇਨ ਮੰਗਣ ਦਾ ਉਹਦਾ ਕਿਆ ਅਧਿਕਾਰ ਹੈ, ਕਿਆ ਉਹਨਾਂ ਦੀ ਹੈਸੀਅਤ ਕਿਆ ਹੈ? ਲੋਕਾਂ ਦੇ ਨਕਾਰੇ ਹੋਏ ਛੱਡੇ ਹੋਏ ਬੰਦੇ ਨੇ, ਉਹ ਆਪਣੀ ਜਗ੍ਹਾ ਤਲਾਸ਼ਦੇ ਫਿਰਦੇ ਨੇ, ਪਰ ਲੋਕਾਂ 'ਚ ਜਿਹੜੀ ਸਥਾਨ ਹੈ ਨਾ ਤਾਂ ਨਾਰਿਆਂ ਨਾਲ ਵੱਜਦਾ, ਇਹਨਾਂ ਨਫ਼ਰਤ ਹੁੰਦੀ ਲੋਕਾਂ ਵਿੱਚ। ਲੋਕ ਕੋਈ ਨਹੀਂ ਚਾਹੁੰਦਾ ਇਹ ਸਾਡੇ ਸੜਕਾਂ ਰੁਕੀਆਂ ਜਾਣ, ਕੋਈ ਨਹੀਂ ਚਾਹੁੰਦਾ ਲੋਕਾਂ ਦੇ ਰੌਲਾ ਪਵੇ, ਨੋਇਜ਼ ਪੋਲਿਊਸ਼ਨ ਕਰੋ, ਕੋਈ ਨਹੀਂ ਚਾਹੁੰਦਾ ਲੋਕ ਗਾਲਾਂ ਕੱਢੋ ਕਿਸੇ ਨੂੰ। ਲੋਕਾਂ ਦੀ ਸੇਵਾ ਕਰੋ, ਲੋਕਾਂ ਦੇ ਕੰਮ ਕਰੋ, ਔਰ ਫਿਰ ਤੁਹਾਨੂੰ ਘਟੀਆ ਕੰਮਾਂ 'ਚ ਪੈਣ ਦੀ ਲੋੜ ਨਹੀਂ ਪੈਂਦੀ ਹੈ। ਮੇਰਾ ਦਿਲ ਤੱਕ ਬਹੁਤ ਕੁਛ ਕਰਦਾ, ਮੈਂ ਇਹਨੂੰ ਕਿਤੇ ਪਰਦੇ ਖੋਲ੍ਹਾਂ, ਕਿਤੇ ਲੋੜ ਪਈ ਕਰਾਂਗੇ, ਔਰ ਜਿੰਨਾ ਹੀ ਘਟੀਆ ਕਮੀਨੇ ਕੰਮ ਇਹ ਕਰਦੇ ਨੇ ਇਲੈਕਸ਼ਨਾਂ ਵਿੱਚ, ਕਿਸ ਹੱਦ ਤੱਕ ਘਟੀਆ ਲੈਵਲ ਤੱਕ ਜਾਂਦੇ ਨੇ ਮੈਨੂੰ ਪਤਾ, ਮੈਂ ਤਾਂ ਇਹਦਾ ਮੈਨੂੰ ਪਤਾ ਹੈ ਕਿਆ ਕਿਆ ਕਰਦੇ ਨੇ, ਪਰ ਇਹ ਮੈਂ ਕਹਿੰਦਾ ਫਿਰ ਵੀ ਸਿਆਸਤ ਦਾ ਕੋਈ ਪੱਧਰ ਹੋਣਾ ਚਾਹੀਦਾ, ਨੀਵੇਂ ਜਾਣ ਦਾ ਪੱਧਰ ਹੋਣਾ ਚਾਹੀਦਾ। ਐਵੇਂ ਬਾਹਰ ਲੋਕਾਂ 'ਚ ਸ਼ਹੀਦ ਬਣਦੇ ਫਿਰੋ, ਐਵੇਂ ਲੋਕਾਂ 'ਚ ਡਰਾਮੇ ਕਰਦੇ ਫਿਰੋ, ਐਵੇਂ ਲੋਕਾਂ 'ਚ ਬਕਵਾਸ ਕਰਦੇ ਫਿਰੋ, ਅਸੀਂ ਆਹ ਕਰਨਾ ਕੀ ਕਰਨਾ ਹੈ, ਕਿਉਂ ਹੂ ਕਰਦੇ ਉਹਨਾਂ ਦੇ ਕਾਹਦੇ ਅਸੀਂ ਰਿਸਪੋਂਸੀਬਲ ਹੈ? ਵੇਖ ਸਕਦਾ ਕੌਣ ਰਿਜ਼ਾਇਨ ਮੰਗਣ ਵਾਲੇ ਨੇ, ਕਿਉਂ ਇਹਨਾਂ ਨੂੰ ਜਵਾਬ ਦੇਈਏ, ਕਿਉਂ ਦੱਸੀਏ ਕਿ ਕਦੋਂ ਦਿਨ ਮਿੱਥਿਆ ਜਾਏਗਾ ਇਹਨਾਂ ਦੇ ਕਹੇ 'ਤੇ? ਕੁਛ ਨਹੀਂ ਕਰਨਾ ਹੈ, ਜਿੰਨੇ ਇੱਕ ਧਰਨਾ ਮਾਰ 4 ਮਾਰਨੇ, 10 ਮਾਰ ਧਰਨੇ ਮਾਰ, ਇਹਦਾ ਕੋਈ ਮਤਲਬ ਨਹੀਂ ਹੈ। ਅਸੀਂ ਸੰਸੀਅਰ ਹਾਂ ਇਸ ਕੰਮ ਦੇ ਪ੍ਰਤੀ, ਸਾਡੀ ਸ਼ਰਧਾ ਵੀ ਹੈ, ਸਾਡੀ ਆਸਥਾ ਵੀ ਹੈ, ਇਸ ਕਰਕੇ ਕਰਨਾ, ਨਾ ਕਿ ਇਹਨਾਂ ਕਰਕੇ ਕਰਨਾ। ਇਹ ਸਨ ਕੈਬਨਿਟ ਮੰਤਰੀ ਸੋਮ ਪ੍ਰਕਾਸ਼ ਜੀ, ਜਿਨ੍ਹਾਂ ਨੇ ਬੜਾ ਵਿਵਾਕ ਹੋ ਕੇ ਚੈਲੇਂਜ ਵੀ ਕੀਤਾ ਲੀਡਰਸ਼ਿਪ ਨੂੰ ਕਿ ਸਾਧੂ ਸੰਤ ਸਮਾਜ ਨੂੰ ਇਹ ਹਰ ਗੱਲ ਦਾ ਜਵਾਬ ਦੇ ਸਕਦੇ, ਜੇ ਕੋਈ ਲੀਡਰ ਆ ਕੇ ਧਰਨਾ ਮਾਰੇ ਜਾਂ ਕੋਈ ਇੱਥੇ ਲਲਕਾਰਾ ਮਾਰੇ ਜਾਂ ਕੋਈ ਬਹਿਸਬਾਜ਼ੀ ਕਰੇ, ਉਹਨਾਂ ਨੂੰ ਕੋਈ ਜਵਾਬ ਨਹੀਂ ਦਿੱਤਾ ਜਾਵੇਗਾ। ਸੋ ਇਹਨਾਂ ਨੇ ਕਾਫੀ ਕੁਝ ਕਲੀਅਰ ਕੀਤਾ, ਜਿਹੜਾ 3 ਮਹੀਨਿਆਂ ਦੇ ਵਿੱਚ ਮੰਤਰੀ ਪਦ 'ਤੇ ਬੈਠ ਕੇ ਫਗਵਾੜਾ ਸ਼ਹਿਰ ਦੇ ਲਈ ਜਾਂ ਹਲਕਾ ਹੁਸ਼ਿਆਰਪੁਰ ਦੇ ਲਈ ਕਿਹੜੇ ਕਿਹੜੇ ਅਹਿਮ ਕੰਮ ਕੀਤੇ ਆ, ਉਹਨਾਂ ਨੂੰ ਵੀ ਕਾਫੀ ਤਦਾਵੀ ਦੱਸਿਆ। ਅਤੇ ਜਿਹੜੀ ਸਕੋਲਰਸ਼ਿਪ ਸਕੀਮ ਦਾ ਇੱਕ ਕਾਫੀ ਹਨੇਰਾ ਅੱਖਾਂ ਮੁਹਰੇ ਚੱਲ ਰਿਹਾ ਸੀ ਲੋਕਾਂ ਦੇ ਕਿ ਸੈਂਟਰ ਸਰਕਾਰ ਨਹੀਂ ਕਰ ਰਹੀ, ਤਾਂ ਇਹਨਾਂ ਨੇ ਸਾਫ਼ ਕੀਤਾ ਕਿ ਸੈਂਟਰ ਸਰਕਾਰ ਅੱਜ ਵੀ ਪੈਸੇ ਦੇਣ ਨੂੰ ਤਿਆਰ ਆ, ਜੇਕਰ ਪੰਜਾਬ ਦੀ ਸਰਕਾਰ ਸਹੀ ਤਰੀਕੇ ਨਾਲ ਲਿਖ ਕੇ ਸੈਂਟਰ ਸਰਕਾਰ ਕੋਲ ਪੈਸੇ ਮੰਗੇ ਤਾਂ ਪੈਸੇ ਦੇਣ ਨੂੰ ਤਿਆਰ ਹਨ। ਕੈਮਰਾਮੈਨ ਜੱਸੀ ਸੈਣੀ ਦੇ ਨਾਲ ਹਰਦੀਪ ਸਿੰਘ ਤੱਗੜ, ਸਾਂਝ ਟੀਵੀ, ਫਗਵਾੜਾ। ਨਵੀਆਂ ਅਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।